ਬੋਡੀ ਬਿਲਡਿੰਗ ਇਹ ਹੈ ਪੂਰਾ ਕੱਲਾ ਕੱਲਾ ਮਸਲ ਬਿਲਡ ਮੋਟੀਵੇਟ ਕਰਨ ਲਈ ਮਾਈਕਲ ਤੁਸੀਂ ਇੱਥੇ ਆਏ ਨੇ ਤਾਂ ਕਿ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਂ ਆਸਟ੍ਰੇਲੀਆ ਤੋਂ ਇੱਥੇ ਸ਼ੋਅ ਕਰਾਉਣ ਆਇਆ ਅਤੇ ਮੇਰਾ ਮਕਸਦ ਪੈਸਾ ਕਮਾਉਣਾ ਨਹੀਂ ਹੈਗਾ, ਮੇਰਾ ਪਿਓਰ ਮਕਸਦ ਆ ਕਿ ਐਥਲੀਟਾਂ ਦੀ ਹੈਲਪ ਕਰਨਾ। ਮੈਂ ਇਸੇ ਹੀ ਮਿੱਟੀ ਤੋਂ ਗਿਆ ਹਾਂ, ਉੱਥੇ ਜਾ ਕੇ ਸੈਟਲ ਹੋਣ ਤੋਂ ਬਾਅਦ ਇੱਕ ਬਹੁਤ ਗਲਤ ਮੈਸੇਜ ਜਾਂਦਾ ਆ ਲੋਕਾਂ ਦੇ ਵਿੱਚ, ਓਵਰਸੀਜ਼ ਦੇ ਵਿੱਚ, ਕਿ ਪੰਜਾਬ ਨਸ਼ੇ 'ਚ ਡੁੱਬਿਆ ਆ। ਪਰ ਪੰਜਾਬ ਦੇ ਵਿੱਚ ਸੂਰਜ ਵਰਗੇ, ਵਰਿੰਦਰ ਘੁੰਮਣ ਵਰਗੇ ਬਹੁਤ ਸਾਰੇ ਇੱਦਾਂ ਦੇ ਨੌਜਵਾਨ ਹੈਗੇ ਆ ਜਿਨ੍ਹਾਂ ਨੂੰ ਦੇਖ ਕੇ ਮੋਟੀਵੇਸ਼ਨ ਮਿਲਦੀ ਆ। ਜੇ ਵਾਕਈ ਤੁਸੀਂ ਚਾਹੁੰਦੇ ਆ ਨਸ਼ਾ ਖਤਮ ਹੋਵੇ, ਸਾਨੂੰ ਇਹਨਾਂ ਲੋਕਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਆ। ਇਸੇ ਮਕਸਦ ਨੂੰ ਮੈਂ ਇੱਥੇ ਆਇਆ ਅਤੇ ਜਦੋਂ ਕੱਲ੍ਹ ਦੇ ਸ਼ੋਅ ਦੇ ਵਿੱਚ ਇੱਕ ਐਥਲੀਟ ਮੈਸਿਵ ਕਰਾਊਡ ਲੋਕਾਂ ਦੇ ਮੂਹਰੇ ਆਏਗਾ, ਇੱਕ ਚਪੇੜ ਹੋਏਗੀ ਉਹਨਾਂ ਦੇ ਲੋਕਾਂ ਦੇ ਮੂੰਹ ਦੇ ਉੱਤੇ ਜਿਹੜੇ ਕਹਿੰਦੇ ਪੰਜਾਬ ਨਸ਼ੇ 'ਚ ਡੁੱਬਿਆ ਆ। ਹਾਂਜੀ ਬਿਲਕੁਲ ਲੈ ਰਹੇ ਜੀ, ਹਾਂਜੀ ਬਿਲਕੁਲ, ਕੁੜੀਆਂ ਦੇ ਮੁਕਾਬਲੇ ਵੀ ਹੈਗੇ ਆ। ਹਾਂਜੀ ਵਿਦੇਸ਼ ਤੋਂ ਮਾਈਕ ਲੂਸੀ ਆਏ ਹੋਏ ਨੇ ਗੈਸਟ ਪੋਜ਼ਿੰਗ ਕਰਨ। ਦੇਖੋ ਜਦੋਂ ਮੈਂ ਪਹਿਲੀ ਵਾਰੀ ਬੋਡੀ ਬਿਲਡਿੰਗ ਦਾ ਸ਼ੋਅ ਦੇਖਣ ਗਿਆ ਸੀਗਾ, ਉੱਥੇ ਮੈਨੂੰ ਮੋਟੀਵੇਸ਼ਨ ਹੋਈ, ਮੈਂ ਇੱਕ ਬੋਡੀ ਬਿਲਡਰ ਨੂੰ ਸਟੇਜ 'ਤੇ ਦੇਖਿਆ, ਮੇਰਾ ਸੁਪਨਾ ਬਣਿਆ ਕਿ ਮੈਂ ਵੀ ਖੇਡਾਂ ਇਹਦੇ ਵਿੱਚ। ਇਸੇ ਤਰ੍ਹਾਂ ਮੈਂ ਇੱਕ ਵਿਦੇਸ਼ ਤੋਂ ਬੋਡੀ ਬਿਲਡਰ ਲੈ ਕੇ ਆਇਆ ਜਿਹਨੂੰ ਦੇਖ ਕੇ ਲੋਕ ਸਮਝ ਸਕਣ ਕਿ ਵਿਦੇਸ਼ੀ ਸਟੈਂਡਰਡ ਕੀ ਹੈਗਾ, ਅਤੇ ਜੇ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਪਲੇ ਕਰਨਾ ਚਾਹੁੰਦੇ ਹਾਂ ਸਾਨੂੰ ਇੱਦਾਂ ਦੀ ਬੋਡੀ ਬਣਾਉਣੀ ਚਾਹੀਦੀ ਆ। ਅਤੇ ਮੋਟੀਵੇਟ ਕਰਨ ਲਈ ਮਾਈਕ ਲੂਸੀ ਇੱਥੇ ਨੇ। ਯੈਸ, ਮੈਂ ਪੰਜਾਬ ਮਿਸਟਰ ਪੰਜਾਬ ਜਿੱਤ ਕੇ ਇੱਥੋਂ ਗਿਆ ਹਾਂ, ਯੂਨੀਵਰਸਿਟੀ ਚੈਂਪੀਅਨ ਰਿਹਾ, ਇੱਕ ਸਪੋਰਟਸਮੈਨ ਹੋਣ ਦੇ ਨਾਤੇ ਇਹ ਚੀਜ਼ਾਂ ਮੈਂ ਸਿੱਖ ਕੇ ਅਤੇ ਲੋਕਾਂ ਨੂੰ ਪ੍ਰਮੋਟ ਕਰਨ ਲਈ ਆਇਆ। ਨਹੀਂ, ਸਰਕਾਰ ਤੱਕ ਆਪਾਂ ਕੋਈ ਪਹੁੰਚ ਨਹੀਂ ਕੀਤੀ, ਇੱਕ ਇੰਡੀਵਿਜੁਅਲ ਸਪੋਰਟਸ ਆ ਅਤੇ ਇਹ ਸਾਰਾ ਇਵੈਂਟ ਮੈਂ ਆਪਣੇ ਖੁਦ ਦੇ ਖਰਚੇ 'ਤੇ ਕਰਾ ਰਿਹਾ। ਸਰਕਾਰ ਨੂੰ ਇਹੀ ਅਪੀਲ ਆ ਕਿ ਜਿੰਨਾ ਵੱਧ ਤੋਂ ਵੱਧ ਲੁੱਕ ਆਫਟਰ ਕਰਨ, ਕੋਈ ਮੁਕਾਬਲੇ ਜਿੱਤ ਕੇ ਸਰਕਾਰ ਕੋਲ ਜਾਂਦਾ ਆ, ਉਹਨੂੰ ਨੌਕਰੀ ਦੀ ਲੋੜ ਆ, ਉਹਨੂੰ ਨੌਕਰੀ ਦਿੱਤੀ ਜਾਵੇ। ਫਾਈਨੈਂਸ਼ੀਅਲ ਹੈਲਪ ਬਹੁਤ ਜ਼ਰੂਰੀ ਆ, ਕਿਉਂਕਿ ਘਰ ਫੂਕ ਕੇ ਇਹ ਗੇਮ ਖੇਡੀ ਜਾਂਦੀ ਆ, ਬਹੁਤ ਮਹਿੰਗੀ ਖੇਮ ਆ, ਰੋਜ਼ ਦਾ ਖਰਚਾ ਆ, ਅਤੇ ਇਹਦੇ ਲਈ ਜੇ ਸਰਕਾਰ ਹੈਲਪ ਕਰੇ ਤਾਂ ਇਹ ਤੋਂ ਵਧੀਆ ਹੋਰ ਗੱਲ ਕੀ ਹੋ ਸਕਦੀ ਆ। ਪਰ ਇਹਦੇ ਨਾਲ ਨਾਲ ਲੋਕ ਆਪਣਾ ਰੋਜ਼ਗਾਰ ਵੀ ਇਹਤੋਂ ਕਰਦੇ ਨੇ, ਬਹੁਤ ਸਾਰੇ ਬੋਡੀ ਬਿਲਡਰ ਕੋਚ ਬਣ ਕੇ ਕਮਾਈ ਕਰ ਸਕਦੇ ਨੇ, ਇਕੱਲਾ ਗੌਰਮੈਂਟ 'ਤੇ ਨਹੀਂ ਡਿਪੈਂਡ ਹੈਗੇ। ਆਪਣੀ ਲੋਕਾਂ ਨੇ ਜਿੰਮ ਵੀ ਖੋਲ੍ਹੇ ਆ, ਗੁੱਡ ਬੋਡੀ ਬਿਲਡਰ ਜਿਹੜੇ ਹੈਗੇ ਆ ਉਹਨਾਂ ਨੇ ਕਈ ਬਿਜ਼ਨਸ ਬਣਾ ਕੇ ਰੱਖੇ ਆਪਣੇ। ਦੇਖੋ ਸਾਨੂੰ ਜੇ ਸਰਕਾਰ ਪੰਜਾਬ ਦੇ ਨੌਕਰੀ, ਤੁਹਾਨੂੰ ਸਾਰਿਆਂ ਨੂੰ ਔਰ ਜਿੰਨੇ ਵੀ ਮੀਡੀਆ ਪਰਸਨਸ ਆਏ ਆ ਤੁਹਾਡਾ ਸਾਰਿਆਂ ਦਾ ਮੋਸਟ ਵੈਲਕਮ ਅਤੇ ਧੰਨਵਾਦ ਬਹੁਤ ਜ਼ਿਆਦਾ ਆਉਣ ਵਾਸਤੇ। ਐਂਡ ਸੈਕਿੰਡਲੀ ਜਿੰਨੇ ਵੀ ਐਥਲੀਟ ਸਾਡੇ ਵਿੱਚ ਪਹੁੰਚੇ ਨੇ, ਬੰਬੇ ਤੋਂ ਸੰਗਰਾਮ, ਫਰੋਮ ਮਹਾਰਾਸ਼ਟਰ, ਆਲ ਦੀ ਟੀਮ ਇਜ਼ ਹੇਅਰ, ਸੋ ਸਾਰਿਆਂ ਦਾ ਥੈਂਕ ਯੂ ਵੈਰੀ ਮੱਚ ਬ੍ਰਦਰ। ਸੋ ਸਾਰਿਆਂ ਨੂੰ ਪੰਜਾਬ ਵਿੱਚ ਆਉਣ 'ਤੇ ਬਹੁਤ ਬਹੁਤ ਮੇਰੇ ਵੱਲੋਂ ਵੈਲਕਮ ਹੈ, ਮੇਰੇ ਵੱਲੋਂ ਤਾਂ ਲੱਕੀ ਵੱਲੋਂ। ਐਂਡ ਜੋ ਸਾਡਾ ਈਵੈਂਟ ਜਿਹੜਾ ਹੋਣ ਜਾ ਰਿਹਾ, ਇਹ NPC ਐਮਚਿਓਰ ਲੀਗ ਜਿਹੜੀ ਗ੍ਰੈਂਡ ਪ੍ਰਿਕਸ ਹੋ ਰਹੀ ਹੈ, ਇਹਦੇ ਵਾਸਤੇ ਈਵੈਂਟ, ਇਹਦੀ ਪ੍ਰੈਸ ਕਾਨਫਰੰਸ ਹੈ, ਔਰ ਤੁਹਾਨੂੰ ਸਾਰਿਆਂ ਨੂੰ ਬਸ ਇਹਦੇ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਕ ਪਲੇਟਫਾਰਮ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਜਿਹੜੇ ਇਸ ਵੇਲੇ ਜਵਾਨੀ ਦੀ ਬਹੁਤ ਵੱਡੀ ਲੋੜ ਹੈ, ਕਿ ਸਾਨੂੰ ਕੋਈ ਕੋਈ ਸਟਰਕਚਰ, ਕੋਈ ਪਲੇਟਫਾਰਮ ਇੱਕ ਐਸਾ ਮਿਲੇ ਜਿਹਦੇ ਥਰੂ ਅਸੀਂ ਅੱਛੇ ਬੋਡੀ ਬਿਲਡਰਸ ਪ੍ਰੋਡਿਊਸ ਕਰਕੇ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ 'ਤੇ ਹਿੰਦੁਸਤਾਨ ਨੂੰ ਜਾ ਕੇ ਰੀਪ੍ਰਜੈਂਟ ਕਰਨ, ਜਿਸ ਤਰ੍ਹਾਂ ਬਾਕੀ ਐਥਲੀਟਸ ਇੰਡੀਆ ਨੂੰ ਰੀਪ੍ਰਜੈਂਟ ਕਰ ਰਹੇ ਆ। ਦੇਖੋ ਪੂਰਾ ਨੌਰਥ ਇੰਡੀਆ ਦੇ ਐਥਲੀਟਸ ਕੱਲ੍ਹ ਨੂੰ ਵਿੱਚ ਪਾਰਟੀਸਪੇਸ਼ਨ ਦੇਣਗੇ, ਉਹਦੇ ਵਿੱਚ ਅਲੱਗ ਅਲੱਗ ਕੈਟੀਗਰੀਜ਼ ਹੈਗੀਆਂ ਨੇ,
ਔਰ ਜਿਹੜੇ ਉਹਨਾਂ ਵਿੱਚੋਂ ਚੈਂਪੀਅਨ ਆਫ ਚੈਂਪੀਅਨ ਬਾਡੀ ਬਿਲਡਰਸ ਅਲੱਗ ਅਲੱਗ ਕੈਟੇਗਰੀਜ਼ ਬਣਨਗੇ ਉਹਨਾਂ ਨੂੰ ਵਧੀਆ ਕੈਸ਼ ਪ੍ਰਾਈਜ਼ ਔਰ ਬਹੁਤ ਸਾਰੇ ਹੋਰ ਪ੍ਰਾਈਜ਼ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਮਿਸਟਰ ਓਲੰਪੀਆ ਡੈਕਸਟਰ ਜੈਕਸਨ, ਜਿਹੜੇ 4-time ਮਿਸਟਰ ਓਲੰਪੀਆ, ਹੀ ਇਜ਼ ਅ ਬਲੈਕ ਅਮੈਰੀਕਨ ਬਾਡੀ ਬਿਲਡਰ, ਵਰਲਡ ਟਾਈਮ ਮਿਸਟਰ ਓਲੰਪੀਆ, ਵਨ ਟਾਈਮ। ਉਹਨੂੰ ਇੱਕ ਸਾਲ ਵਾਸਤੇ ਫਰੀ ਆਫ ਕੋਸਟ ਉਹਦੀ ਕੋਚਿੰਗ, ਉਹਦੀ ਗਾਈਡੈਂਸ, ਉਹਦੀ ਪ੍ਰੈਪਰੇਸ਼ਨ ਉਹਦੇ ਅੰਡਰ ਹੋਏਗੀ। ਸੋ ਤੁਸੀਂ ਸਮਝ ਸਕਦੇ ਹੋ, ਇਟਸ ਜਸਟ ਟਰਾਂਸਫੋਰਮੇਸ਼ਨ ਆਫ ਨੌਲੇਜ। ਬਾਡੀ ਬਿਲਡਿੰਗ ਸਪੋਰਟਸ ਹੈਗੀ ਹੈ ਯੂਰਪੀਅਨ ਅਤੇ ਅਮੈਰੀਕਨ ਕੰਟਰਾਂ ਦੀ, ਹੈ ਨਾ, ਉਹਨਾਂ ਕੰਟਰੀਆਂ ਵਿੱਚ ਇਹਨੂੰ ਫਾਊਂਡ ਕੀਤਾ ਗਿਆ, ਫਿਰ ਅਸੀਂ ਹੌਲੀ ਹੌਲੀ ਅਡੋਪਟ ਕੀਤੀ। ਅਸੀਂ ਥੋੜ੍ਹਾ ਜਿਹਾ ਉਹਨਾਂ ਕੰਟਰੀਜ਼ ਨਾਲੋਂ ਬਿਹਾਈਂਡ ਹੈਗੇ ਹਾਂ, ਬਿਕੋਜ਼ ਦੇ ਆਰ ਗਿਫਟਿਡ ਵਿਦ ਅ ਗੁੱਡ ਸਟਰਕਚਰ, ਵਿਦ ਅ ਗੁੱਡ ਜੈਨੇਟਿਕਸ ਐਂਡ ਗੁੱਡ ਕੋਚਿਜ਼। ਸਾਡੇ ਕੋਲ ਉਸ ਤਰ੍ਹਾਂ ਦੇ ਹਾਲੇ ਕੋਚਿਜ਼ ਅਵੇਲੇਬਲ ਨਹੀਂ ਹੈਗੇ, ਔਰ ਨਾ ਹੀ ਸਾਨੂੰ ਇੱਥੋਂ ਦੀ ਗੌਰਮੈਂਟ ਕੋਈ ਸਟਰਕਚਰ, ਨਾ ਕੋਚਿਜ਼, ਨਾ ਕੋਈ ਕਿਸੇ ਤਰ੍ਹਾਂ ਦਾ ਸਾਨੂੰ ਦਿੰਦੀ ਹੈ ਜਿਹਦੇ 'ਚ ਅਸੀਂ ਅੱਛੇ ਬਾਡੀ ਬਿਲਡਰ ਪ੍ਰੋਡਿਊਸ ਕਰ ਸਕੀਏ। ਬਟ ਫਿਰ ਵੀ ਦੇਖੋ, ਜੇ ਅਸੀਂ ਇੰਟਰਨੈਸ਼ਨਲ ਹਿੰਦੁਸਤਾਨੀ ਬਾਡੀ ਬਿਲਡਰਸ ਬਣਾਏ ਨੇ, ਤਾਂ ਸਮਝੋ ਕਿ ਵੀ ਆਰ ਬੈਟਰ ਦੈਨ ਆਲ ਦਾ ਵਰਲਡ। ਸਾਡੇ ਕੋਲ ਕੁਛ ਨਹੀਂ ਹੈ, ਤਾਂ ਵੀ ਅਸੀਂ ਬਹੁਤ ਕੁਛ ਕਰਕੇ ਦਿਖਾਇਆ, ਅਤੇ ਤੁਸੀਂ ਕੰਪੇਅਰ ਕਰ ਸਕਦੇ ਹੋ। ਜੇ ਸਾਡੇ ਕੋਲ, ਸਾਡੇ ਮੁੰਡਿਆਂ ਕੋਲ ਇਹ ਸਟਰਕਚਰ, ਇਹ ਨੌਲੇਜ, ਇਨਫੋਰਮੇਸ਼ਨ ਹੋਏਗੀ, ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ। ਦੇਖੋ ਜੀ, ਅਸੀਂ ਇਹੀ ਸਾਡਾ ਮਾਧਿਅਮ ਹੈ ਆਪਣੇ, ਤੁਹਾਡੇ ਮੀਡੀਆ ਥਰੂ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ, ਬਾਡੀ ਬਿਲਡਿੰਗ ਦੇ ਵਿੱਚ ਬਹੁਤ ਜ਼ਿਆਦਾ ਗਲੈਮਰ, ਬਹੁਤ ਸਾਰੀਆਂ ਚੀਜ਼ਾਂ ਹੋਰ ਇਨਵੋਲਵ ਹੋ ਗਈਆਂ। ਇਹ ਸਪੋਰਟਸ ਹੁਣ ਪਹਿਲਾਂ ਵਾਂਗ ਉਸ ਤਰ੍ਹਾਂ ਦੀ ਸਪੋਰਟਸ ਨਹੀਂ ਰਹੀ, ਇਹਦੇ ਵਿੱਚ ਬਹੁਤ ਸਾਰੀਆਂ ਕੁੜੀਆਂ, ਫੀਮੇਲ ਐਥਲੀਟਸ, ਤੁਸੀਂ ਵਰਲਡ ਲੈਵਲ 'ਤੇ ਦੇਖੋ ਤਾਂ ਮਿਸ ਓਲੰਪੀਆ ਵੀ ਹੁੰਦਾ, ਹੈ ਨਾ। ਅਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਇਹਦੇ ਵੱਲ ਸਪੋਰਟਸ ਨੂੰ ਹੋਰ ਪ੍ਰਮੋਟ ਕਰੇ, ਸਾਡੇ ਵਾਸਤੇ ਕੋਈ ਅੱਛੇ ਸਟਰਕਚਰ ਬਣਾਇਆ ਜਾਣ, ਇੱਕ ਫੰਡਸ ਰੱਖੇ ਜਾਣ। ਔਰ ਵੱਡੀ ਗੱਲ ਹੈ, ਜਿਹੜੀ ਬਾਡੀ ਬਿਲਡਿੰਗ ਸਪੋਰਟਸ ਹੈ, ਇਹਨੂੰ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਗੌਰਮੈਂਟ ਦੀ ਪਾਲਿਸੀ ਹੈ ਨਾ, ਸਪੋਰਟਸ ਪਾਲਿਸੀ ਹੈ, ਉਹਦੇ ਵਿੱਚ ਜ਼ਰੂਰ ਇਨਵੋਲਵ ਕੀਤਾ ਜਾਏ। ਕਿਉਂਕਿ ਜੇ ਕੋਈ ਬਾਡੀ ਬਿਲਡਰ ਪੰਜਾਬ ਨੂੰ ਰੀਪ੍ਰਜੈਂਟ ਕਰਦਾ, ਨੈਸ਼ਨਲ, ਇੰਟਰਨੈਸ਼ਨਲ, ਏਸ਼ੀਆ ਲੈਵਲ 'ਤੇ ਕੋਈ ਅਚੀਵ ਕਰਦਾ, ਤਾਂ ਉਹਨੂੰ ਐਟਲੀਸਟ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸਰਕਾਰੀ ਜੋਬ ਤਾਂ ਡਿਜ਼ਰਵ ਕਰਦਾ ਯਾਰ, ਹੈ ਨਾ। ਦੇਖੋ, ਅਸੀਂ ਖੁਦ ਪੰਜਾਬ ਤੋਂ ਹਾਂ, ਸਾਡਾ ਕੰਮ ਇਹਦਾ, ਇਹਦੇ ਪਿੱਛੇ ਮੋਟਿਵ ਹੀ ਹੈ ਕਿ ਅਸੀਂ ਪੰਜਾਬ ਨੂੰ ਥੋੜ੍ਹਾ ਪੇ ਬੈਕ ਕਰ ਸਕੀਏ, ਪੰਜਾਬ ਦੇ ਨੌਜਵਾਨਾਂ ਨੂੰ ਹੋਰ ਅਵੇਅਰ ਕਰ ਸਕੀਏ ਕਿ ਜਿਹੜੀ ਤੁਸੀਂ ਕੋਈ ਵੀ ਸਪੋਰਟਸ ਖੇਡੋ, ਨੋਟ ਬਾਡੀ ਬਿਲਡਿੰਗ, ਤੁਸੀਂ ਹਾਕੀ ਕਰੋ, ਤੁਸੀਂ ਫੁੱਟਬਾਲ ਕਰੋ, ਤੁਸੀਂ ਕ੍ਰਿਕਟ ਖੇਡੋ, ਪਰ ਤੁਸੀਂ ਆਪਣੀ ਹੈਲਥ ਲਈ ਅਵੇਅਰ ਹੋਵੋ, ਆਪਣੀ ਹੈਲਥ ਨੂੰ ਇੱਕ ਲਾਈਫ ਸਟਾਈਲ ਬਣਾਓ, ਤੁਸੀਂ ਜਿਮ ਜਾਓ। ਵੇਟ ਟ੍ਰੇਨਿੰਗ ਹਰ ਸਪੋਰਟਸ ਦੀ ਪਹਿਲੀ ਚੀਜ਼ ਹੁੰਦੀ ਹੈ, ਤੁਸੀਂ ਕੋਈ ਵੀ ਸਪੋਰਟਸ ਕਰਦੇ ਹੋ, ਤੁਹਾਨੂੰ ਵੇਟ ਟ੍ਰੇਨਿੰਗ ਕਰਨੀ ਪੈਂਦੀ ਹੈ। ਸੋ ਬਸ ਲੋਕਾਂ ਨੂੰ, ਨੌਜਵਾਨਾਂ ਨੂੰ ਅਵੇਅਰ ਕਰ ਸਕੀਏ। ਔਰ ਇਹ ਈਵੈਂਟ ਜਿਹੜਾ, ਇਹ ਲੱਕੀ ਵੱਲੋਂ, ਹੀ ਸਿਰਫ ਇਹ ਆਲਸੋ ਪੰਜਾਬੀ, ਜਲੰਧਰ ਦਾ ਮੁੰਡਾ, ਆਸਟ੍ਰੇਲੀਆ 'ਚ ਰਹਿੰਦਾ। ਦੇਖੋ ਸਪੋਰਟਸ ਨਾਲ ਕਿੰਨਾ ਪਿਆਰ ਹੈ, ਵੀ ਆਸਟ੍ਰੇਲੀਆ ਤੋਂ ਵਾਪਸ ਪੰਜਾਬ ਆਇਆ, ਜਲੰਧਰ ਆਇਆ, ਔਰ ਲੁਧਿਆਣੇ ਬਾਡੀ ਬਿਲਡਰ ਵੀ ਮੈਂ ਨਾਲ ਲੈ ਕੇ ਆਇਆ। ਅਸੀਂ ਇੱਥੇ ਔਰਗੇਨਾਈਜ਼ ਕੀਤਾ, ਕਿਉਂ? ਕਿਉਂਕਿ ਅਸੀਂ ਪੰਜਾਬ ਨਾਲ ਜੁੜੇ ਹੋਏ ਹਾਂ, ਅਸੀਂ ਪੰਜਾਬੀ ਹਾਂ, ਪੰਜਾਬ ਨੂੰ ਰਿਪ੍ਰਜੈਂਟ ਕਰਦੇ ਹਾਂ। ਹਾਂਜੀ, ਇਹ ਕੱਲ੍ਹ ਨੂੰ ਸੰਡੇ ਨੂੰ ਜੀ ਸਵੇਰੇ 11 ਵਜੇ ਦੀ ਵੇਂਗ ਸ਼ੁਰੂ ਹੋ ਜਾਣੀ ਹੈ, GNU ਕਾਲਜ ਲੁਧਿਆਣਾ ਦੇ ਵਿੱਚ, ਔਰ ਕੱਲ੍ਹ ਸ਼ਾਮ 4-5 ਵਜੇ ਤੱਕ ਇਹਦਾ GNA ਕਾਲਜ। ਜੀ ਹਾਂ, ਆਲ ਓਵਰ ਇੰਡੀਆ ਤੋਂ ਆ ਰਹੇ ਨੇ, ਔਰ ਇਹਦੇ ਵਿੱਚ ਨੌਰਥ ਇੰਡੀਆ ਚੈਂਪੀਅਨਸ਼ਿਪ ਹੋ ਰਹੀ ਹੈ। ਇਸ ਤੋਂ ਬਾਅਦ ਫਿਰ ਜਿਹੜੇ ਇਹਦੇ ਵਿੱਚ ਵਿਨ ਕਰਨਗੇ, ਫਿਰ ਨੈਸ਼ਨਲ ਲੈਵਲ 'ਤੇ ਔਰ ਇੰਟਰਨੈਸ਼ਨਲ ਲੈਵਲ 'ਤੇ ਜਾ ਕੇ ਪਾਰਟੀਸਪੇਸ਼ਨ ਦੇਣ। ਸਾਰਿਆਂ ਨੂੰ ਖੁੱਲ੍ਹਾ ਸੱਦਾ ਜੀ, ਜਿਹੜੇ ਵੀ ਨੌਜਵਾਨ ਨੇ ਜਿਹੜੇ ਪਾਰਟੀਸਪੇਟ ਕਰ ਰਹੇ ਨੇ, ਉਹਨਾਂ ਵਾਸਤੇ ਖੁੱਲ੍ਹਾ ਸੱਦਾ ਹੀ ਹੈ। ਅਸੀਂ ਨੌਜਵਾਨਾਂ ਵਾਸਤੇ, ਲੋਕਾਂ ਵਾਸਤੇ, ਇੱਕ ਇੰਟਰਨੈਸ਼ਨਲ ਬਾਡੀ ਬਿਲਡਰ ਮਾਈਕ ਇਜ਼ ਹੇਅਰ, ਹੀ ਇਜ਼ ਗੋਇੰਗ ਟੂ ਡੂ ਦਾ ਗੈਸਟ ਪੋਜ਼ਿੰਗ, ਤਾਂ ਕਿ ਉਹ ਦੇਖ ਸਕਣ ਕਿ ਬਾਡੀ ਬਿਲਡਿੰਗ ਦਾ ਇੱਕ ਜਲਵਾ ਕੀ ਹੁੰਦਾ, ਬਾਡੀ ਬਿਲਡਿੰਗ ਦਾ ਐਕਸਪੋਜ਼ਰ ਕੀ ਹੁੰਦਾ। ਔਰ ਇਸ ਕਰਕੇ ਸਾਰੇ ਲੁਧਿਆਣਾ ਨਿਵਾਸੀਆਂ ਨੂੰ, ਆਲੇ ਦੁਆਲੇ ਜਿੰਨੇ ਵੀ ਹੋਰ ਲੋਕ ਨੇ, ਸਭ ਨੂੰ ਖੁੱਲ੍ਹਾ ਸੱਦਾ ਸਾਡਾ।